ਅੱਜ ਬਹੁਤ ਇੱਕ ਮਾੜੀ ਖਬਰ ਆ ਭਾਈਚਾਰੇ ਦੇ ਪੱਖ ਤੋਂ ਜਿਹੜੀ ਹੁਣੇ ਹੀ ਕੁਛ ਚਿਰ ਪਹਿਲਾਂ ਅੱਜ ਸਾਨੂੰ ਦੁਪਹਿਰੇ ਪਤਾ ਲੱਗੀ ਜਿਹਦੇ ਵਿੱਚ ਇੱਕ 19 ਸਾਲਾਂ ਦੀ ਆਪਣੀ ਪੰਜਾਬਣ ਕੁੜੀ ਅਜੇ ਬੱਚੀ ਸੀ ਉਮਰ ਸਿਰਫ 19 ਸਾਲ ਤੇ 19 ਸਾਲ ਦੀ ਉਮਰ ਦੇ ਵਿੱਚ ਉਹ ਲਾਪਤਾ ਹੋਈ ਘਰ ਤੋਂ ਜੀ 27 April ਨੂੰ ਤੇ ਹੁਣ ਪੂਰੇ 1 ਮਹੀਨੇ ਤੇ 1 ਦਿਨ ਬਾਅਦ ਅੱਜ 28 May ਨੂੰ লাশ ਜਿਹੜੀ ਆ ਉਹ ਬਰਾਮਦ ਹੋਈ ਜਾਂ ਕਹਿ ਲਈਏ ਕਿ ਪੁਲਿਸ ਵੱਲੋਂ ਅੱਜ লাশ ਦੀ ਜਾਣਕਾਰੀ ਦਿੱਤੀ ਗਈ ਹੈ লাশ ਕਿੰਨਾ ਚਿਰ ਪੁਰਾਣੀ ਆ ਕੇ ਦੇ ਨਾਲ ਕਿਸ ਘਟਨਾ ਕਰਕੇ ਇਹ ਜਿਹੜੀ ਮੌਤ ਹੋਈ ਹੈ ਸਿਮਰਨ ਕੌਰ ਖਟੜਾ ਦੀ ਉਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਇਹ ਘਰੋਂ ਲਾਪਤਾ ਹੋ ਜਾਣਾ 19 ਸਾਲ ਦੀ ਉਮਰ ਦੇ ਵਿੱਚ ਘਰੋਂ ਜਾਣਾ ਬਾਅਦ ਚ ਲਾਪਤਾ ਹੋ ਜਾਣਾ ਮਹੀਨਾ ਇੱਕ ਪਤਾ ਹੀ ਨਾ ਲੱਗਣਾ ਅਸੀਂ ਸਿਮਰਨ ਕੌਰ ਦੇ ਪਿਤਾ ਜੀ ਨਾਲ ਵੀ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਬੜੇ ਤਿੱਖੇ ਸਵਾਲ ਜਿਹੜੇ ਪ੍ਰਸ਼ਾਸਨ ਨੂੰ ਜਾਂ ਇਹ ਸਾਰੀ ਜਾਂਚ ਕਰ ਰਹੇ ਉਹਨਾਂ ਅਫਸਰਾਂ ਨੂੰ ਜੋ ਉਸ ਘੇਰੇ ਦੇ ਉੱਤੇ ਕੀਤੇ ਸਨ ਜਿਸ ਤੰਗ ਤਰੀਕੇ ਦੀ ਜਾਂਚ ਸੀਗੇ ਅਸੀਂ ਡਿਟੇਲ ਪ੍ਰੋਗਰਾਮ ਇਸ ਵਬਦ ਕੀਤਾ ਸੀ ਪ੍ਰਾਈਮੇਰੀਅ ਕੈਨੇਡਾ ਦੇ YouTube ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਪਰ ਤੁਸੀਂ ਗਰਲ ਸਾਹਿਬ ਇਸ ਘਟਨਾ ਨੂੰ ਕਿਦਾਂ ਦੇਖਦੇ ਹੋ ਜੀ 19 ਸਾਲ ਦੇ ਵਿੱਚ ਬੱਚੇ ਘਰਾਂ ਤੋਂ ਲਾਪਤਾ ਹੋਣੇ ਬੜੇ ਹੋਰ 20ਵੇਂ ਵਰਿਆਂ ਦੇ ਬੱਚੇ ਦੀ ਬਹੁਤ ਕੰਪਲੇਂਟਸ ਆ ਰਹੀਆਂ ਨੇ ਕੱਲ ਇੱਕ ਪ੍ਰਵਿੰਦਰ ਸਿੰਘ ਸੀਗਾ ਜੀ ਨਾਰਥ ਵੈਨਕੋਰ ਤੋਂ 20 ਸਾਲਾਂ ਦਾ ਆਪਣਾ ਬੱਚਾ ਉਦੀ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਉਹ ਲਾਪਤਾ ਆ ਇਹ ਬਹੁਤ ਮੜੀਆਂ ਘਟਨਾਵਾਂ ਚੱਲ ਰਹੀਆਂ ਨੇ ਜੀ ਸਾਰੇ ਬੰਨੇ ਬੜੇ ਅਫਸੋਸ ਦੀ ਇਹ ਖਬਰ ਅਫਸੋਸ ਨਾ ਇਹ ਖਬਰ ਹੈ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਘਟਨਾਵਾਂ ਨੇ ਪਾਸਟ ਦੇ ਵਿੱਚ ਜਿੱਥੇ ਲੋਕ ਮਿਸਿੰਗ ਹੋਏ ਨੇ ਤੇ ਬਾਅਦ ਚ ਬੋਡੀਜ਼ ਲਵੀਆਂ ਨੇ ਜੀ ਪਰ ਇਸ ਘਟਨਾ ਦੇ ਵਿੱਚ ਸਿਮਰਨ ਜਿਤਕੌਰ ਜਿਹੜੀ ਖਟੜਾ ਸਿਮਰਨ ਗੌਰ ਖਟੜਾ ਇਹਨਾਂ ਦੇ ਇੱਕ ਰੈਸਲਰ ਸੀਗੇ ਹੁਣ ਇੱਕ ਰੈਸਲਰ ਜਿਹੜਾ ਫਿਜ਼ੀਕਲੀ ਵੀ ਸਟਰੋਂਗ ਹੈ ਹਾਂ ਤੇ ਉਹਦੇ ਕੋਲੇ ਸੈੱਲ ਫੋਨ ਵੀ ਹੈ ਮੋਬਾਈਲ ਫੋਨ ਵੀ ਹੈ ਤੇ 1 ਮਹੀਨੇ ਬਾਅਦ ਪੁਲਿਸ ਇਹ ਖਬਰ ਦਿੰਦੀ ਹੈ ਦਾ ਮਤਲਬ 1 ਮਹੀਨੇ ਦੇ ਵਿੱਚ ਜੋ ਕੁਝ ਹੋਇਆ ਕੀ ਉਹ ਟਾਈਮਲੀ ਫੈਸ਼ਨ ਦੇ ਨਾਲ ਹੋਇਆ ਗਵਰ ਪੁਲਿਸ ਨੇ ਉਹ ਸਾਰੇ ਸਟੈਪ ਲਏ ਜਿਨ੍ਹਾਂ ਤੋਂ ਜਿਨ੍ਹਾਂ ਦੀ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਕਾਨੂੰਨ ਮੈਂ ਇੱਥੇ ਮੈਂਸ਼ਨ ਕਰ ਦਵਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਮਿਸਿੰਗ ਪਰਸਨ ਐਕਟ ਬਣਿਆ ਸੀ 2015 ਦੇ ਵਿੱਚ ਹਾਂਜੀ ਉਹਦੇ ਤਹਿਤ ਪੁਲਿਸ ਨੂੰ ਕਈ ਤਰ੍ਹਾਂ ਦੇ ਰਿਸਪੌਂਸਿਬਿਲਟੀਜ਼ ਦਿੱਤੀਆਂ ਗਈਆਂ ਤੇ ਉਹਨਾਂ ਦੀ ਜਿਹੜੀ ਐਕਸੈਸ ਆ ਉਹਦੇ ਤੇ ਕੰਮ ਕੀਤਾ ਗਿਆ ਕੋਰਟ ਆਰਡਰਸ ਇਨਫੋਰਮੇਸ਼ਨ ਨੂੰ ਲੈਣ ਲਈ ਜਾਂ ਸਰਚ ਕਰਨ ਦੇ ਲਈ ਕੰਡਕਟ ਵਗੈਰਾ ਉਹ ਉਹਦੇ ਰੂਲ ਤੈਅ ਕੀਤੇ ਗਏ ਜਾਂ ਉਹਨਾਂ ਨੂੰ ਬੈਟਰ ਬਣਾਇਆ ਗਿਆ ਤੇ ਫਿਰ ਜਿਹੜੀ ਐਕਸੈਸ ਆ ਉਹ ਕਿਸ ਤਰੀਕੇ ਨਾਲ ਆਫੀਸਰਾਂ ਨੇ ਲੈਣੀ ਹੈ ਫਿਰ ਇਨਫੋਰਮੇਸ਼ਨ ਦੇ ਬਾਰੇ ਪਰ ਮੈਨੂੰ ਇਹ ਪਤਾ ਲੱਗਿਆ ਕਿ ਇਸ ਕੇਸ ਦੇ ਵਿੱਚ ਪੁਲਿਸ ਨੇ ਕਾਫੀ ਦਿਨ ਤਾਂ ਪਹਿਲਾਂ ਸੈਲਫੋਨ ਦਾ ਲੋਕ ਹੀ ਨਹੀਂ ਖੋਲਿਆ ਚਾਹਨ ਨੋਨ ਦੇਰਲ ਸਾਹਿਬ ਸਿਮਰਨਦੀਪ ਪਿਤਾ ਜੀ ਨੇ ਦੱਸਿਆ ਕਿਉਂਕਿ ਉਹਨਾਂ ਦੇ ਘਰੇ ਗਿਆ ਸੀ ਕਹਿੰਦੇ ਕਿ 20 ਦਿਨ ਹੋ ਗਏ ਨੇ ਫੋਨ ਮਿਲਿਆ ਨੂੰ 18 ਤੋਂ 20 ਦਿਨ ਤੇ ਇਨੇ ਦਿਨਾਂ ਦੇ ਵਿੱਚ ਉਹ ਫੋਨ ਦਾ ਲੋਕ ਹੀ ਨਹੀਂ ਖੋਲ ਸਕੇ ਅਸੀਂ ਵੀ ਕਹਿੰਦੇ ਉਹਨਾਂ ਨਾਲ ਕੋਆਪਰੇਟ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡੀ ਹੈਲਪ ਹੀ ਲੈ ਲਓ ਸਾਡੀ ਵੀ ਉਹਨਾਂ ਕਿਸੇ ਤਰੀਕੇ ਨਾਲ ਕਹਿੰਦੇ ਹੈਲਪ ਨਹੀਂ ਲਈ ਜੀ ਸਿਮਰਨਦੀਪ ਪਿਤਾ ਜੀ ਨੇ ਦੋਸ਼ ਲਾਇਆ ਸੰਜੀ ਬਿਲਕੁਲ ਦੇਖੋ ਇੱਕ ਚੀਜ਼ ਤਾਂ ਇਹ ਹੈਗੀ ਕਿ ਐਮਰਜੈਂਸੀ ਸਰਵਿਸਸ ਜਿਹੜੀਆਂ ਉਹ ਆਟੋਮੈਟਿਕਲੀ ਫੋਨ ਮੋਬਾਈਲ ਫੋਨ ਨੂੰ ਟ੍ਰੇਸ ਨਹੀਂ ਕਰ ਸਕਦੀਆਂ ਜਿਸ ਤਰ੍ਹਾਂ ਤੁਸੀਂ ਜੇ ਲੈਂਡਲਾਈਨ ਤੋਂ ਫੋਨ ਕਰੋ ਤਾਂ ਆਟੋਮੈਟਿਕਲੀ ਉਹ ਟ੍ਰੇਸ ਹੋ ਜਾਂਦਾ ਪੁਲਿਸ ਕੋਲ ਇਮੀਡੀਏਟਲੀ ਪਰ ਜਿਹੜਾ ਮੋਬਾਈਲ ਫੋਨ ਹੈ ਇਮੀਡੀਏਟਲੀ ਟ੍ਰੇਸਦਾ ਨਹੀਂ ਹੁੰਦਾ ਪਰ ਪੁਲਿਸ ਕੋਲੇ ਰਿਸੋਰਸਸ ਨੇ ਜੇ ਉਹ ਚਾਹਣ ਤਾਂ 10 ਮਿੰਟ ਦੇ ਵਿੱਚ ਫੋਨ ਦੀ ਲੋਕੇਸ਼ਨ ਲੱਭ ਸਕਦੇ ਨੇ ਅੱਛਾ ਸੋ ਕੀ ਪੁਲਿਸ ਨੇ ਇਮੀਡੀਏਟਲੀ ਫੋਨ ਦੀ ਲੋਕੇਸ਼ਨ ਲੱਭੀ ਕਿ ਨਹੀਂ ਲੱਭੀ ਜਾਂ ਜੇ ਉਹਨਾਂ ਨੇ ਇੰਨੇ ਦਿਨ ਤੁਸੀਂ ਜਿੰਨੇ ਦੱਸਿਆ ਕਿ ਉਹਨੇ ਦਿਨ ਉਹਨਾਂ ਨੇ ਫੋਨ ਦਾ ਲੋਕ ਹੀ ਨਹੀਂ ਖੋਲਿਆ ਜੇ ਲੋਕ ਖੋਲਦੇ ਸ਼ਾਇਦ ਇਹ ਪਤਾ ਲੱਗ ਜਾਂਦਾ ਕਿ ਘਟਨਾ ਵਾਪਰਨ ਤੋਂ ਇਮੀਡੀਏਟਲੀ ਪਹਿਲਾਂ ਕਿੱਥੋਂ-ਕਿੱਥੋਂ ਮੈਸੇजेस ਆਏ ਨੇ ਜਾਂ ਉਹਨੇ ਕੀ ਰਿਸਪੌਂਡ ਕੀਤਾ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਉਹ ਮਿਸਿੰਗ ਹੈ ਲੜਕੀ ਉਹਨੇ ਬੱਸ ਲਈ ਹੈ ਫਿਰ ਸਕਾਈ ਟ੍ਰੇਨ ਲਈ ਹੈ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਨੇ ਬੇਫੇਰ ਉਸ ਤੋਂ ਬਾਅਦ ਉਹ ਪਾਰਕ ਦੇ ਵਿੱਚ ਗਈ ਹੈ ਨਿਊ ਵੈਸਟਮਿੰਸਟਰ ਦੇ ਵਿੱਚ ਕਿ ਉਹਨੂੰ ਟ੍ਰੇਸ ਕਰਨ ਦੇ ਨਾਲ ਪੁਲਿਸ ਨੇ ਕੀ ਕਨਕਲੂਜਨ ਕੱਢਿਆ ਬੜੇ ਬੜੇ ਵਾਜਬ ਤੇ ਇੰਪੋਰਟੈਂਟ ਕੁਐਸਚਨ ਪੈਦਾ ਹੁੰਦੇ ਨੇ ਬਿਲਕੁਲ ਜੀ ਦੇਖੋ ਜੀ ਗਰਲਸ ਆ ਮੈਂ ਉਹਨਾਂ ਨੇ ਕਰੇ ਵੀਡੀਓਜ਼ ਦੇਖੀਆਂ ਸਿਮਰਨ ਕੌਰ ਦੀਆਂ ਉਹ ਦੋ ਬੰਦਿਆਂ ਨਾਲੋਂ ਤੇ ਉਦਾਂ ਹੀ ਤਗੜੀ ਸੀ ਕਿਉਂਕਿ ਉਹ ਖੁਦ ਰੈਸਲਿੰਗ ਕਰਦੀ ਸੀ ਤੇ ਦਾਪੇ ਚਾਹੁੰਦੇ ਸਨ ਲੜਨ ਦੇ ਤੇ ਉਹ ਇੱਕ ਦੋ ਬੰਦਿਆਂ ਦੇ ਤੇ ਉਦਾਂ ਹੀ ਨਹੀਂ ਮਤਲਬ ਉਹ ਬੱਚੀਆਂ ਕੁੜੀ ਹੱਥ ਆਉਣ ਵਾਲੀ ਸੀਗੀ ਜੀ ਸੋ ਫਿਜ਼ੀਕਲੀ ਤੌਰ ਤੇ ਵੀ ਫਿਟ ਫੋਨ ਕੋਲ ਆ ਸਾਰੇ ਕੁਝ ਰਿਸੋਰਸਸ ਨੇ ਪਰ ਉਸ ਤੋਂ ਬਾਅਦ ਵੀ ਦੇਖੋ ਕੁਝ ਵੱਡੀ ਗੱਲ ਹੀ ਹੋਈ ਹੈ ਜਿਹੜਾ ਬਾਣਾ ਵਰਤਿਆ ਜਿਵੇਂ ਉਹਨਾਂ ਦੇ ਪਿਤਾ ਜੀ ਨੇ ਮੈਂ ਹੁਣ ਫੋਨ ਤੇ ਗੱਲ ਕਰਕੇ ਉਹਨਾਂ ਦੱਸਿਆ ਕਿ ਹਲੇ ਮੌਤ ਦਾ ਕਾਰਨ ਨਹੀਂ ਉਹਨਾਂ ਦੱਸਿਆ ਪਰ ਕਿਉਂਕਿ ਹੁਣ ਕਹਿੰਦੇ ਮੀਡੀਆ ਦੇ ਉੱਤੇ ਜਾ ਕੇ ਜਾਂ ਕਈ ਥਾਵਾਂ ਦੇ ਉੱਤੇ ਮੈਂ ਪ੍ਰੈਸ਼ਰ ਬਣਾਇਆ ਸੀ ਹੁਣ ਹਰ ਕੇ ਪ੍ਰੋਟੈਸਟ ਦਾ ਐਲਾਨ ਕੀਤਾ ਸੀ ਪ੍ਰੋਟੈਸਟ ਦੀ ਅਨਾਊਂਸਮੈਂਟ ਤੋਂ ਬਾਅਦ ਮੇਰੇ ਕੋਲ ਕਹਿੰਦੇ ਹੁਣ ਪੁਲਿਸ ਆਈ ਉਹਨਾਂ ਨੇ ਆ ਕੇ ਕਨਫਰਮ ਕੀਤਾ ਹੈ ਕਿ ਸਿਮਰਨ ਕੌਰ ਖੱਟਰਾ ਦਾ ਡੀਐਨਏ ਸੈਂਪਲ ਮੈਚ ਕੀਤਾ ਆ ਸਾਨੂੰ ਇੱਕ ਲਾਸ਼ ਬਰਾਮਦ ਹੋਈ ਸੀ ਫ੍ਰੀਜ਼ਰ ਰਿਵਰ ਤੋਂ ਤੇ ਲਾਸ਼ ਕਹਿੰਦੇ ਕਿ ਬਹੁਤ ਗਲ ਚੁੱਕੀ ਆ ਤੁਸੀਂ ਨਾਂ ਵੇਖੋ ਤੇ ਚੰਗਾ ਆ ਪਛਾਣ ਬਾਈ ਫੇਸ ਨਹੀਂ ਆ ਸਕੀ ਡੀਐਨਏ ਸੈਂਪਲਸ ਤੋਂ ਇਹ ਸਾਰਾ ਦੰਦਾਂ ਤੋਂ ਲੈ ਕੇ ਸੈਂਪਲ ਤੇ ਫਿਰ ਉਹਨਾਂ ਨੇ ਟੈਸਟ ਕੀਤਾ ਤਾਂ ਪਤਾ ਲੱਗਾ ਕਿ ਇਹ ਜਿਹ ਤਕੋ ਆਪਾਂ ਸਪੈਕੂਲੇਟ ਕਰ ਰਹੇ ਹਾਂ ਜਿੰਨਾ ਚਿਰ ਇਨਫੋਰਮੇਸ਼ਨ ਪੂਰੀ ਨਹੀਂ ਮਿਲਦੀ ਪਰ ਪਰ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਤੇ ਪੁਲਿਸ ਮੇਰੇ ਖਿਆਲ ਹੈ ਕਿ ਜੇ ਪੁਲਿਸ ਨੇ ਕੋਈ ਕਤਾਹੀ ਕੀਤੀ ਹੈ ਜੇ ਕੀਤੀ ਹੈ ਤਾਂ ਉਹਦੇ ਤੇ ਫਰਦਰ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹੁਣ ਸ਼ੱਕ ਇਹ ਪੈਦਾ ਹੁੰਦਾ ਹੈ ਕਿ ਪੁਲਿਸ ਨੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਹੈ ਜਾਂ ਫਾਲੋਅ ਅਪ ਕੀਤਾ ਕਿ ਜਾਂ ਕੋਈ ਰੇਸਿਜ਼ਮ ਦੇ ਕੇਸਸ ਨੇ ਕਈ ਵਾਰੀ ਇਸ ਤਰ੍ਹਾਂ ਦੇ ਕੇਸਸ ਨੇ ਕਿ ਪੁਲਿਸ ਇੱਕ ਪਾਰਟਿਕੂਲਰ ਰੇਸ ਲਈ ਜ਼ਿਆਦਾ ਐਕਸ਼ਨ ਲੈਂਦੀ ਹੈ ਤੇ ਜੇ ਦੂਸਰੀ ਰੇਸ ਤੇ ਲੋਕ ਨਹੀਂ ਤਾਂ ਰਿਐਕਸ਼ਨ ਘੱਟ ਲੈਂਦੀ ਹੈ ਕਿਉਂਕਿ ਕਈ ਵਾਰੀ ਦੇਖਣ ਨੂੰ ਮਿਲਿਆ ਇਹ ਸੱਚਾ ਜਾਂ ਝੂਠ ਹੈ ਪਤਾ ਨਹੀਂ ਪਰ ਲੋਕਾਂ ਦਾ ਲੋਕਾਂ ਦੀ ਇਹ ਪਰਸੈਪਸ਼ਨ ਹੈ ਹੂੰ ਸੋ ਮੈਂ ਇਹ ਬਲੀਵ ਕਰਦਾ ਕਿ ਜਿਹੜੇ ਪ੍ਰੋਟੋਕਾਲ ਪੁਲਿਸ ਨੂੰ ਫਾਲੋ ਕਰਨੀ ਚਾਹੀਦੀ ਹੈ ਹੂੰ ਕਿ ਉਹਨਾਂ ਨੇ ਉਹ ਕੀਤੀ ਹੈ ਕਿ ਨਹੀਂ ਕੀਤੀ ਜੇ ਨਹੀਂ ਕੀਤੀ ਤਾਂ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਇਹਨਾਂ ਸਭੀ ਬਹੁਤ ਜਿਹੜੀ ਇਦਾਂ ਦੀ ਕੰਸਰਨਸ ਨੇ ਬਹੁਤ ਜ਼ਿਆਦਾ ਪੈਦਾ ਹੋ ਰਹੇ ਨੇ ਭਾਈਚਾਰੇ ਚ ਅਸੀਂ ਦੂਜੇ ਚੌਥੇ ਦਿਨ ਹੀ ਕੋਈ ਨਾ ਕੋਈ ਖਬਰ ਸਾਂਝੀ ਕਰਦੇ ਆ ਜੀ ਅੱਜ ਹੁਣ ਇਹ ਬੱਚਾ ਲਾਪਤਾ ਹੋ ਗਿਆ ਇਹ ਬੱਚੀ ਲਾਪਤਾ ਹੋ ਗਈ ਕਿਸੇ ਦੀ ਉਮਰ 20 ਸਾਲ ਹੈ ਕਿਸੇ ਦੀ ਉਮਰ 12 ਸਾਲ ਹੈ ਕਿਸੇ ਦੀ ਉਮਰ 19 ਸਾਲ ਹੈ ਕਿਸੇ ਦੀ 27 ਸਾਲ ਹੈ ਬਜ਼ੁਰਗਾਂ ਦੇ ਵਿੱਚ ਵੀ ਇਹ ਘਟਨਾਵਾਂ ਵਧ ਰਹੀਆਂ ਨੇ ਖੈਰ ਉੱਥੇ ਹੈਲਥ ਇਸ਼ੂਜ਼ ਹੋ ਸਕਦੇ ਨੇ ਕਈ ਥਾਵਾਂ ਦੇ ਉੱਤੇ ਪਰ ਇਹ ਬੱਚਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਧਾ ਹੋਣਾ ਇਹ ਬਹੁਤ ਇੱਕ ਵੱਡਾ ਮੁੱਦਾ ਹੈ ਜੀ ਸਮਾਜ ਦਾ ਤੇ ਇਹ ਪ੍ਰਸ਼ਾਸਨ ਨੂੰ ਮੈਨੂੰ ਲੱਗਦਾ ਸ਼ਕਤੀ ਨਾਲ ਇਹਨੂੰ ਬਿਲਕੁਲ ਉਹ ਦੇਖੋ ਬ੍ਰਿਟਿਸ਼ ਕੋਲੰਬੀਆ ਦੀ ਪੋਪੂਲੇਸ਼ਨ 5.4 ਮਿਲੀਅਨ ਹੈ ਰਫਲੀ ਅੱਛਾ ਜੀ ਤੇ ਪਰ ਕੈਪੀਟਾ ਬੇਸ ਤੇ 14752 ਕੇਸ ਮਿਸਿੰਗ ਲੋਕਾਂ ਦੇ ਸੀ 2022 ਦਾ ਜਿਹੜਾ ਡਾਟਾ ਅਵੇਲੇਬਲ ਹੈ ਅੱਛਾ ਜੀ ਕੈਨੇਡਾ ਦੇ ਵਿੱਚ 34-35 ਹਜ਼ਾਰ ਲੋਕ ਮਿਸ ਹੋ ਜਾਂਦੇ ਨੇ ਇੱਕ ਸਾਲ ਦੇ ਵਿੱਚ ਹੂੰ ਸੋ ਬ੍ਰਿਟਿਸ਼ ਕੋਲੰਬੀਆ ਸਾਰੇ ਕੈਨੇਡਾ ਦੇ ਵਿੱਚ ਪਰ ਕੈਪੀਟਾ ਬੇਸਿਸ ਤੇ ਨੰਬਰ 1 ਤੇ ਹੈ ਇਸ ਤੋਂ ਬਾਅਦ ਸਸਕਾਚੂਆ ਤੇ ਸਾਰੇ ਨਾਲ ਕੱਟ ਜਿਹੜੇ ਮਿਸਿੰਗ ਪਰਸਨ ਦੀ ਰਿਪੋਰਟ ਹੁੰਦੀ ਹੈ ਉਹ ਪ੍ਰਿੰਸ ਐਡਵਰਟਾਈ ਲੈਂਡ ਦੇ ਵਿੱਚ ਪਰ ਕੈਪਟਾ ਬੇਸਿਸ ਤੇ ਜੇ ਬ੍ਰਿਟਿਸ਼ ਕਲੰਬੀਆ ਦੇ ਵਿੱਚ ਫਿਗਰ ਇੰਨੀ ਜਿਆਦੇ ਹੈ ਤਾਂ ਸਪੈਸ਼ਲ ਐਫਰਟਸ ਕੀ ਕੀਤੇ ਗਏ ਨੇ ਗਵਰਨਮੈਂਟਸ ਵੱਲੋਂ ਤੇ ਪੁਲਿਸ ਵੱਲੋਂ ਕਿ ਇਹਦੇ ਨੰਬਰ ਘਟਾਏ ਜਾਣ ਇਹਨਾਂ ਨੂੰ ਰੋਕਿਆ ਜਾ ਸਕੇ ਬਹੁਤੇ ਕੇਸਸ ਨੇ ਜਿਹੜੇ ਅਨਨੋਨੇ ਪਤਾ ਨਹੀਂ ਉਹਨਾਂ ਦਾ ਕਾਰਨ ਕੀ ਹੈ ਤੇ ਇਸ ਤੋਂ ਬਿਨਾ ਰਨ ਅਵੇ ਦੇ 1100 ਕੇਸਸ ਨੇ ਫਾਰ ਇਗਜ਼ੈਂਪਲ ਅਬਡੈਕਸ਼ਨ ਦੇ 500 550 ਕੇਸ ਨੇ ਵਾਂਡਰ ਆਫ ਬੇ ਆਫ ਦੀ ਮਰਜੀ ਨਾਲ ਲੋਕ ਭੱਜ ਗਏ ਘਰੋਂ 800 ਕੇਸਸ ਨੇ ਪਰ ਜਿਹੜੇ ਅਨਨੋਨ ਕੇਸਸ ਨੇ ਮੇਰੀ ਸੂਈ ਉੱਥੇ ਅਟਕਦੀ ਹੈ ਕਿ ਅਨਨੋਨ ਕੇਸਸ ਦੇ ਪਿੱਛੇ ਕੀ ਰੀਜਨਸ ਨੇ ਉਹਨਾਂ ਨੂੰ ਡਿਫਾਈਨ ਕਿਉਂ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵਿੱਚ ਕੀ ਸਕਸੈਸ ਰੇਟ ਹੈ ਹੁਣ ਵਿਨਕੂਵਰ ਪੁਲਿਸ ਡਿਪਾਰਟਮੈਂਟ ਉਹ ਕਹਿੰਦੇ ਸਾਡੇ ਕੋਲੇ 5000 ਕੇਸ ਮਿਸਿੰਗ ਲੋਕਾਂ ਦੇ ਆਉਂਦੇ ਨੇ ਇੱਕ ਸਾਲ ਦੇ ਵਿੱਚ ਤੇ ਉਹਨਾਂ ਚ ਕਹਿੰਦੇ ਅਸੀਂ 99% ਕੇਸ ਸੋਲਵ ਕਰ ਲੈਂਦੇ ਆ ਜੀ ਹੁਣ ਪ੍ਰੋਟੋਕਾਲ ਦੇ ਹਿਸਾਬ ਨਾਲ ਮਿਸਿੰਗ ਕੇਸਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਇਟ ਟਾਪ ਪ੍ਰਾਇਰੀਟੀ ਦੇ ਕੀਤੀ ਜਾਣੀ ਚਾਹੀਦੀ ਹੈ ਫਿਰ ਇਹਦੇ ਵਿੱਚ ਦੇਖਣਾ ਚਾਹੀਦਾ ਕਿ ਪਰਸਨ ਇਜ਼ ਐਟ ਰਿਸਕ অর ਨਾਟ ਜਿਹੜਾ ਪਰਸਨ ਐਟ ਰਿਸਕ ਹੈ ਜਿਸ ਤਰ੍ਹਾਂ ਇਹ ਲੜਕੀ ਇਹਨੂੰ ਇੱਕ ਤਾਂ ਲੜਕੀ ਦੀ ਏਜ ਦੂਸਰਾ ਲੜਕੀ ਸੀਜ਼ਰ ਦੀ ਉਹਨੂੰ ਸ਼ਿਕਾਇਤ ਸੀਗੀ ਸੀਜ਼ਰਸ ਹੋ ਜਾਂਦੇ ਨੇ ਉਹਨੂੰ ਦਵਾਈ ਲੈਣੀ ਪੈਂਦੀ ਹੈ ਸੋ ਸ਼ੀ ਇਜ਼ ਡਬਲ ਐਟ ਰਿਸਕ ਤੇ ਕੀ ਉਹਦੇ ਲਈ ਪੁਲਿਸ ਨੇ ਐਕਸਟਰਾ ਅਫਰਟਸ ਕੀਤੇ ਨੇ ਤੇ ਕਹਿੰਦੇ ਨੇ ਕਿ ਮਿਸਿੰਗ ਪਰਸਨ ਦੀ ਇਨਵੈਸਟੀਗੇਸ਼ਨ ਉਹਨਾਂ ਚਿਰ ਖੁੱਲੀ ਰਹਿੰਦੀ ਹੈ ਜਿੰਨਾ ਚਿਰ ਕੇਸ ਸੌਲਵ ਨਹੀਂ ਹੋ ਜਾਂਦਾ ਤੇ ਇਸ ਖੁੱਲੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਇੱਕ ਯੂਜ਼ਲੀ ਫੈਮਿਲੀ ਆਫੀਸਰ ਅਪੁਆਇੰਟ ਕਰਦੀ ਹੈ ਜਿਹੜਾ ਫੈਮਿਲੀ ਨੂੰ ਅਪਡੇਟ ਦਿੰਦਾ ਜੀ ਕੀ ਇਸ ਕੇਸ ਦੇ ਵਿੱਚ ਉਹਨਾਂ ਨੇ ਰੈਗੂਲਰਲੀ ਅਪਡੇਟ ਦਿੱਤਾ ਫੈਮਿਲੀ ਨੂੰ ਕੀ ਫੈਮਿਲੀ ਦੀ ਹੈਲਪ ਲਈ ਜਾਂ ਹੋਰ ਲੋਕਾਂ ਦੀ ਹੈਲਪ ਲਈ ਉਹਨਾਂ ਨੇ ਬੜੇ ਸਵਾਲ ਪੈਦਾ ਹੁੰਦੇ ਨੇ ਅਸੀਂ ਚਾਹਾਂਗੇ ਕਿ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਮਿਲਣ ਤੇ ਅਸੀਂ ਤੁਹਾਡੇ ਨਾਲ ਸਾਂਝੇ ਕਰੀਏ ਪਰ ਇਹ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਕਾਉਂਟੇਬਿਲਟੀ ਪੁਲਿਸ ਦੀ ਹੈ ਤੇ ਪੁਲਿਸ ਸ਼ੁੱਡ ਬੀ ਹੈਲਡ ਅਕਾਉਂਟੇਬਲ ਬਿਲਕੁਲ ਸਰ ਦੇਖੋ ਜਿਹਦਾ ਕਿਸੇ ਦਾ ਮਾਪਿਆਂ ਦਾ 19-20 ਸਾਲ ਦਾ ਬੱਚਾ ਜਹਾਨ ਤੋਂ ਤੁਰ ਜਾਣਾ ਜੀ ਉਹਨਾਂ ਵਾਸਤੇ ਤੇ ਉਹ ਉਹ ਪੋਬਾ ਮਾਰ ਮਰੋਂਦੇ ਨੇ ਤੇ ਉਹ ਦਰਦ ਦੁਖੀ ਸਮਝ ਸਕਦੇ ਨੇ ਅਸੀਂ ਅਸੀਂ ਸਹਿਮਤੀ ਪ੍ਰਗਟਾ ਸਕਦੇ ਹਾਂ ਅਸੀਂ ਅਫਸੋਸ ਕਰ ਸਕਦੇ ਹਾਂ ਪਰ ਉਹ ਜਿਨ੍ਹਾਂ ਨੇ 19-20 ਸਾਲ ਚਗਾਠ ਰਗੇ ਬੱਚੇ ਦਾ ਕੀਤੇ ਹੋਣ ਪਲਵਾਨ ਬਣਾਏ ਹੋਣ ਰੈਸਲਿੰਗ ਚ ਭੇਜੇ ਹੋਣ ਹਰ ਪੱਖੋਂ ਉਹਨਾਂ ਨੂੰ ਖਰਾਕ ਪੱਖੋਂ ਲੀੜੇ ਪੱਖੋਂ ਪੂਰਾ ਰੱਖਿਆ ਹੋਏ ਤੇ ਜਦੋਂ ਉਹ ਫਿਰ ਵੀ ਇਦਾਂ ਦੀ ਕਿਸੇ ਘਟਨਾ ਦਾ ਸ਼ਿਕਾਰ ਹੁੰਦੇ ਨੇ ਤੇ ਮਾਪਿਆਂ ਲਈ ਤੇ ਸਾਰੀ ਉਮਰ ਸਵਾਲ ਹੀ ਖੜੇ ਰਹਿ ਜਾਂਦੇ ਨੇ ਬਾਕੀ ਅਸੀਂ ਇੱਥੇ ਪ੍ਰਸ਼ਾਸਨ ਦਾ ਵੀ ਕਈ ਮਸਲੇ ਤੇ ਹੱਲ ਦੇਖਦੇ ਆ ਕਿ ਪੁਲਿਸ ਕਈ ਵਾਰੀ ਕਹਾਣੀ ਦੱਸਦੀ ਨਹੀਂ ਉਹਦੇ ਕੁਝ ਵੀ ਉਹਨਾਂ ਦਾ x y z ਕਾਰਨ ਹੋ ਸਕਦੇ ਉਹਨਾਂ ਦੀ ਟ੍ਰੇਨਿੰਗ ਦੇ ਕੁਝ ਪ੍ਰੋਟੋਕਾਲਸ ਹੋ ਸਕਦੇ ਨੇ ਜਿਹੜੇ ਉਹਨਾਂ ਨੂੰ ਫਾਲੋ ਕਰਨੇ ਪੈਂਦੇ ਨੇ ਪਰ ਮਾਪਿਆਂ ਵਾਸਤੇ ਇਹ ਸਵਾਲ ساری ਉਮਰ ਦੇ ਖੜੇ ਰਹਿ ਜਾਂਦੇ ਜੀ ਜਿਹੜੇ ਮੈਨੂੰ ਲੱਗਦਾ ਕਿ ਉਹ ਆਪਣੇ ਅੰਦਰ ਹੀ ਸਮਾਇ ਰਹਿ ਜਾਂਦੇ ਨੇ ਕਦੀ ਉਹਨਾਂ ਦੇ ਨਾਲ ਹੱਲ ਮਿਲਦੇ ਨੇ ਤਾਂ ਨਹੀਂ ਅੰਦਰੋਂ ਨਿਕਲਦੇ ਨੇ ਬਿਲਕੁਲ ਇਹਨਾਂ ਦੇ ਹੱਲ ਬਾਹਰ ਲੋਕਾਂ 'ਚ ਮਿਲਨੇ ਜ਼ਰੂਰੀ ਨੇ ਕਿਉਂਕਿ ਜਿਹੜੀ ਪੁਲਿਸ ਹੈ ਉਹਦੀ ਰਿਸਪੌਂਸਿਬਿਲਟੀ ਹੈ ਲੋਕਾਂ ਦੀ ਸੇਫਟੀ ਲੋਕਾਂ ਦੀ ਇਹ ਹਫਾਜ਼ਤ ਕਰਨੀ ਬਿਲਕੁਲ ਤੇ ਜੇ ਉਹ ਆਪਣਾ ਨੰਬਰ 1 ਪਰਪਸ ਹੈ ਗਵਰਨਮੈਂਟ ਦਾ ਵੀ ਨੰਬਰ 1 ਪਰਪਸ ਇਹ ਹੈ ਕਿ ਲੋਕਾਂ ਦੀ ਹਿਫਾਜ਼ਤ ਕਰਨੀ ਜੀ ਜੇ ਉਹ ਆਪਣਾ ਨੰਬਰ 1 ਪਰਪਸ ਪ੍ਰੋਪਰਲੀ ਨਹੀਂ ਅਕੰਪਲਿਸ਼ ਕਰ ਸਕਦੇ ਸਮਥਿੰਗ ਇਜ਼ ਰੌਂਗ ਹੂੰ ਗਰਲ ਸਾਹਿਬ ਤੁਹਾਡਾ ਧੰਨਵਾਦ ਜੀ ਤੁਸੀਂ ਇਹ ਬੜਾ ਜ਼ਰੂਰੀ ਮੁੱਦਾ ਸੀਗੇ ਇਹਦੇ ਉੱਤੇ ਅੱਜ ਗੱਲਬਾਤ ਕੀਤੀ ਅੱਜ ਲਈ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਮਿਹਰਬਾਨੀ